ਸਨਮਾਨ ਰੂਪ ਸਤਿ ਸ੍ਰੀ ਜੀ ਨੂੰ 5 ਮਿੰਟ ਬਾਕੀ ਹਨ, ਇੱਕ ਸ਼ਬਦ ਮੈਂ ਆਪ ਜੀ ਨੂੰ ਕੁਝ ਸੁਣਾਵਾਂਗਾ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ, ਗਰੀਬ ਨਿਵਾਜ ਪਾਤਸ਼ਾਹ ਧਰਤੀ ਰੋਣ ਨਾਲ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਹੁ ਗਿਰਦੁਖ ਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਵਾਹਿਗੁਰੂ ਸਾਰੇ ਸੰਸਾਰ ਨੂੰ ਸੁੱਖ ਬਖਸ਼ਿਸ਼। ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀਆਂ ਰਵਾਇਤਾਂ ਬੜੀਆਂ ਕਮਾਲ ਦੀਆਂ ਬਣਾਈਆਂ ਜੀ। ਜਿਹੜਾ ਮੇਰਾ ਨਿੱਜੀ ਹੈ ਉਹ ਸਭ ਦਾ ਹੈ, ਮੈਂ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਸਾਰੇ ਸੰਸਾਰ ਨਾਲ ਹਾਂ, ਸਾਰਾ ਸੰਸਾਰ ਮੇਰਾ ਹੈ। ਏਕ ਪਿਤਾ ਇੱਕ ਸਕੀਹਾ ਮੁਬਾਰਕ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਜਦੋਂ ਅਸੀਂ ਨਿੱਜੀ ਅਰਦਾਸ ਕਰਦੇ ਹਾਂ ਉਦੋਂ ਵੀ ਇਹ ਸ਼ਬਦ ਵਰਤਦੇ ਹਾਂ, ਜਦੋਂ ਸੰਗਤੀ ਅਰਦਾਸ ਕਰਦੇ ਹਾਂ ਉਦੋਂ ਵੀ ਇਹ ਸ਼ਬਦ ਵਰਤਦੇ ਹਾਂ ਕਿ ਮੈਨੂੰ ਇਕੱਲੇ ਨੂੰ ਸੁੱਖ ਨਹੀਂ ਚਾਹੀਦਾ, ਸਾਰੇ ਸੰਸਾਰ ਨੂੰ ਸੁੱਖ ਚਾਹੀਦਾ, ਸਭ ਜੀਵਾਂ ਨੂੰ ਸੁੱਖ ਬਖਸ਼ਿਸ਼ ਕਰ। ਇਹ ਸਿੱਖੀ ਦੀਆਂ ਰਵਾਇਤਾਂ ਹਨ ਜੀ, ਬੜੀਆਂ ਕਮਾਲ ਦੀਆਂ, ਜੋ ਕੱਲ੍ਹ ਤੋਂ ਗੁਰਮਤਿ ਸਮਾਗਮ ਤਤ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ ਰਹੇ ਹਨ। ਆਇਓ ਮਿਲ ਬੈਠੇ, ਮਿਲ ਕੇ ਬੈਠ ਕੇ ਆਪਾਂ ਸਤਿਗੁਰਾਂ ਦੇ ਉਹਨਾਂ ਪਾਵਨ ਬਚਨਾਂ ਨੂੰ ਯਾਦ ਕਰਾਂਗੇ ਜੋ ਸਤਿਗੁਰਾਂ ਨੇ ਮਰਿਆਦਾ ਦੇ ਰੂਪ ਵਿੱਚ, ਉਪਦੇਸ਼ ਦੇ ਰੂਪ ਵਿੱਚ ਸਾਨੂੰ ਬਖਸ਼ੇ ਹਨ। ਵਿਦਵਾਨ ਲੋਕਾਂ ਨੇ ਜੋ ਮਿਹਨਤ ਕੀਤੀ ਹੈ, ਖੋਜ ਕੀਤੀ ਹੈ, ਸਭ